ਸ਼ਾਂਤੀ ਦੀ ਅੱਜ ਬਹੁਤ ਜ਼ਰੂਰਤ ਹੈ, ਕਿਉਂਕਿ ਸ਼ਾਂਤੀ ਦੇ ਵਾਤਾਵਰਣ ਵਿੱਚ ਹੀ ਵਿਕਾਸ ਤੇ ਤਰੱਕੀ ਸੰਭਵ ਹੈ। ਬਿਨਾਂ ਸ਼ਾਂਤੀ ਸਥਾਪਿਤ ਕੀਤਿਆਂ ਕੋਈ ਵੀ ਦੇਸ਼ ਵਿਕਾਸ ਦੀਆਂ ਪੌੜੀਆਂ ਨਹੀਂ ਚੜ ਸਕਦਾ ਤੇ ਅਜਿਹੀ ਹੀ ਸ਼ਾਂਤੀ ਦਾ ਪਸਾਰਾ ਕਰਨ ਦੇ ਲਈ ਅੱਜ 21 ਸਤੰਬਰ ਨੂੰ ਵਿਸ਼ਵ ਭਰ ਵਿੱਚ ਇੰਟਰਨੈਸ਼ਨਲ ਡੇ ਆਫ ਪੀਸ ਮਨਾਇਆ ਜਾ ਰਿਹਾ ਹੈ। ਇੰਟਰਨੈਸ਼ਨਲ ਡੇ ਆਫ ਪੀਸ ਦੀ ਸਥਾਪਨਾ ਸੰਯੁਕਤ ਰਾਸ਼ਟਰ ਵੱਲੋਂ ਸਾਲ 1981 ਵਿੱਚ ਕੀਤੀ ਗਈ ਸੀ ਤੇ 2 ਦਹਾਕਿਆਂ ਬਾਅਦ ਸਾਲ 2001 ਵਿੱਚ ਸੰਯੁਕਤ ਰਾਸ਼ਟਰ ਦੀ ਸਰਵਸੰਮਤੀ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਇੱਕੋ ਇੱਕ ਉਦੇਸ਼ ਹੈ ਕਿ ਦੁਨੀਆ ਭਰ ਵਿੱਚ ਲੜਾਈ, ਹਿੰਸਾ ਤੇ ਨਫ਼ਰਤ ਨੂੰ ਖਤਮ ਕਰਕੇ ਸ਼ਾਂਤੀ ਦੀ ਸਥਾਪਨਾ ਕੀਤੀ ਜਾਵੇ।